ਹਾਂਜੀ 23 ਤਰੀਕ ਦੀ ਰਾਤ ਨੂੰ ਅਰਾਊਂਡ 11:15 ਵਜੇ ਇੱਕ ਸਾਨੂੰ ਕਾਲ ਰਿਸੀਵ ਹੋਈ ਲੜਕਾ ਨਵਚੇਤਨ ਵੱਲੋਂ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਵੱਲ ਓਪਨ ਫਾਇਰ ਕੀਤਾ ਜੀ। ਇਹ ਕਿਸੇ ਰੈਸਟੋਰੈਂਟ ਦੇ ਵਿੱਚ ਬਹਿ ਕੇ ਖਾਣਾ ਖਾ ਰਹੀ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸਬਾਜ਼ੀ ਹੋਈ ਜੋ ਬਾਹਰ ਆ ਕੇ ਇਹਨਾਂ ਦਾ ਹੱਥੋਂਬਾਈ ਵਿੱਚ ਬਦਲ ਗਈ। ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਕਾ ਸੀ ਵਿਵੇਕ ਜਿਹਨੂੰ ਬਾਊ ਕਹਿੰਦੇ ਨੇ ਉਹਨੇ ਫਾਇਰ ਕੀਤੀ ਜੀ। ਇਹ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਅਤੇ ਜਿਹੜੇ ਚਾਰ ਲੜਕੇ ਸੀ ਇਹਨਾਂ ਨੇ ਬਾਈ ਨੇਮ ਆਪਾਂ FIR ਰਜਿਸਟਰ ਕੀਤੀ 307-25-27। ਇਹਨਾਂ ਦਾ ਜੀ ਕਾਰਨ ਸੀਗਾ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਹੇ ਸੀ ਅੱਗੇ ਕੀਤੀ ਹੋਈ ਸੀ ਆਪਸ ਦੇ ਵਿੱਚ ਉਦੋਂ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ। ਉਹ ਬਹਿਸ ਤੋਂ ਬਾਅਦ ਇਹ ਜਦੋਂ ਪਾਰਟੀਆਂ ਦੋਨੋਂ ਬਾਹਰ ਜਾਂਦੀਆਂ ਵਾ ਇਹ ਆਪਾਂ ਖੋਲ ਲੈਂਦੇ ਉਸ ਤੋਂ ਬਾਅਦ ਜਿਹੜਾ ਨਵਚੇ ਵਿਵੇਕ ਆ ਲੜਕਾ ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨਵਚੇ ਦੇ ਉੱਤੇ ਜੋ ਉਹਦੇ ਪੈਰ ਦੇ ਵਿੱਚ ਲੱਗਿਆ। ਵਜ੍ਹਾ ਕੋਈ ਰੰਜਿਸ਼ ਨਹੀਂ ਹੈ ਸਿਰਫ ਇੱਕ ਆਪਸ 'ਚ ਝਗੜਾ ਇਹਨਾਂ ਨੇ ਕੀਤਾ ਫਿਕਰਿੰਗ ਕੀਤੀ ਹੋਈ ਦੋਨੋਂ ਪਾਰਟੀ ਤੇ ਉਹ ਐਸਾ ਚ ਕੋਈ ਵਜ੍ਹਾ ਨਹੀਂ ਕੋਈ ਪੁਰਾਣੀ ਰੰਜਿਸ਼ ਕੋਈ ਸਭ ਇਹਦੇ ਕੋਲ ਜਿਹੜਾ ਆਪਾਂ ਰਿਮਾਂਡ ਦੇ ਨਾਲ ਕੀਤਾ ਤੇ ਇਹਦੇ ਵਿੱਚੋਂ ਜਿਹੜਾ ਬਰਾਮਦ ਕੀਤਾ ਜਾਊਗਾ ਵੈਸੇ ਤਾਂ ਇਹਨੂੰ ਕਿਹਾ ਗਿਆ ਕਿ ਜਿਹੜਾ ਲਾਇਸੈਂਸੀ ਵੈਪਨ ਸੀਗਾ ਉਹਨੂੰ ਜਿਹੜਾ ਯੂਜ਼ ਕੀਤਾ ਗਿਆ। ਮੌਕੇ 'ਤੇ ਜਦੋਂ ਸਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ ਵਿਦ ਇਨ 5 ਮਿੰਟਸ ਪਹੁੰਚ ਕੇ ਆਪਾਂ ਉਹਨੂੰ ਲੜਕਿਆ ਜਿਹੜਾ ਇੱਕ ਲੜਕਾ ਸੀਗਾ ਮੋਹਿਤ ਜਿਹਨੂੰ ਆਪਾਂ ਉੱਥੇ ਫੜ ਲਿਆ ਅਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਆਪਾਂ ਰਾਤ ਕੱਲ੍ਹ ਰਾਤ ਸਾਡੀ ਆਪਣੀ ਟੀਮ ਪਹੁੰਚੀ ਡਲਹੌਜ਼ੀ ਪਤਾ ਲੱਗਾ ਇਨਫੋਰਮੇਸ਼ਨ ਆਈ ਸੀ ਕਿ ਡਲਹੌਜ਼ੀ ਰਹਿ ਰਹੇ ਆ 3 ਲੜਕੇ ਅਤੇ ਉਹਨਾਂ ਨੂੰ ਫਿਰ ਆਪਾਂ ਰਾਤੀ ਉੱਥੇ ਟੈਸਟ ਕੀਤਾ ਵਾ। ਇੱਕ ਹੋਰ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਬਾਈ ਨੇਮ 4 ਲੜਕਿਆਂ ਅਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ ਮੋਹਿਤ ਵਿਵੇਕ ਅਤੇ ਸੰਜੂ ਹੈ ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ। ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਡਲਹੌਜ਼ੀ ਲੈ ਕੇ ਗਿਆ ਸੀਗਾ ਇਹਨਾਂ 'ਚ ਆਪਸ ਇਹਨਾਂ ਦਾ ਕਜ਼ਨ ਹੀ ਲੱਗਦਾ ਵਾ ਜੋ ਬਾਊ ਹੈ ਉਹਦਾ ਕਜ਼ਨ ਲੱਗਦਾ ਅਤੇ ਇਹਨੇ ਉਹਨਾਂ ਨੂੰ ਪਨਾਹ ਦੀ ਡਲਹੌਜ਼ੀ ਲੈ ਕੇ ਜਾ ਕੇ ਇਹਨਾਂ ਨੂੰ ਪਨਾਹ ਦਿੱਤਾ। ਆਪਾਂ ਇਹਨੂੰ ਵੀ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਕੇ ਜਾਂ ਪਨਾਹ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਗਿਆ। ਬਿਲਕੁਲ CCTV ਸਾਹਮਣੇ ਆਈ ਆ ਤੁਹਾਨੂੰ ਪਤਾ ਲੱਗਾ ਕਿਹੜੇ ਲੱਗੇ ਅਰਾਊਂਡ ਅੱਧਾ ਪੌਣਾ ਘੰਟਾ ਇਹਨਾਂ ਦੇ ਅੰਦਰ ਇਹਨਾਂ ਦੇ ਆਪਸ 'ਚ ਬਹਿਸਬਾਜ਼ੀ ਹੁੰਦੀ ਰਹੀ ਜੋ ਕਿ ਬਾਹਰ ਆ ਕੇ ਲੜਾਈ ਐਸਾ ਕੋਈ ਸਾਹਮਣੇ ਨਹੀਂ ਆਈ ਕੋਈ ਗੱਲ ਨਹੀਂ ਇਹਨਾਂ ਦੇ ਆਪਸ ਕੋਈ ਪਹਿਲਾਂ ਕੋਈ ਰੰਜਿਸ਼ ਹੋਏ ਆ ਪੁਰਾਣਾ ਕੋਈ ਇਹਨਾਂ ਦੇ ਇੱਕ ਦੂਜੇ ਨੂੰ ਜਾਣਦੇ ਹੋਣ ਕੋਈ ਇਹੋ ਜਿਹਾ ਸਾਹਮਣੇ ਰਾਜੇ ਨੇ ਉਮਰ ਕਿੰਨੀ ਦੇ ਕਾਰੋਬਾਰ ਕੀਤਾ ਇਹ ਸਟੂਡੈਂਟ ਨੇ ਅਰਾਊਂਡ 30-40-45 ਸਾਲ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੀ ਆ ਏਜ ਹੈ ਤੇ ਆਪਣੇ ਇਹਨਾਂ ਦੇ ਕੰਮ ਹੈਗੇ ਨੇ ਕੋਈ ਆਪਣੀ ਸਟੱਡੀ ਨਹੀਂ ਕਰਦਾ ਇਹਨਾਂ ਵਿੱਚ ਸਾਰੇ ਆਪਣੇ ਕੰਮ ਕਰਦੇ ਬਿਜ਼ਨਸ ਕਰਦੇ ਪਹਿਲਾਂ ਵੀ ਬੱਚੇ ਪਰਚਾ ਕੋਈ ਨਹੀਂ ਚੰਗੇ ਪਰਿਵਾਰਾਂ ਦੇ ਬੱਚੇ ਨੇ ਕੋਈ ਐਸਾ ਚ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਕੋਈ ਪੁਰਾਣਾ ਨਹੀਂ ਸਿਰਫ ਇੱਕ ਦੂਜੇ ਨੂੰ ਦੇਖਿਆ ਇਹਨਾਂ ਨੇ ਕਿ ਮੈਨੂੰ ਇੱਕ ਤਰ੍ਹਾਂ ਗਲਤ ਤਰੀਕੇ ਨਾਲ ਦੇਖਿਆ ਇਹਨੇ ਕੋਈ ਭੂਰੀ ਵੱਟਦਾ ਇਸ ਕਰਕੇ ਇਹਨਾਂ ਦਾ ਆਪਸ ਝਗੜਾ ਹੋਇਆ। ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਨਹੀਂ ਉਸ ਸੋਲਵ ਕਰਨਾ ਚਾਹੀਦਾ ਵਾ ਜਿਹੜਾ ਛੋਟੀ ਜਿਹੀ ਗੱਲ ਦੇਖੋ ਕਿੱਥੋਂ ਤੱਕ ਪਹੁੰਚਗੇ ਚੰਗੇ ਭਲੇ ਬਹੁਤ ਪਰਿਵਾਰ ਆ ਤੁਸੀਂ ਮਿਲੇ ਵੀ ਉਹਨੇ ਪਰਿਵਾਰਾਂ ਨੂੰ ਬਟ ਦੇਖੋ ਉਹਦੇ ਇੱਕ ਗੁੱਸੇ ਕਰਕੇ ਜਿਹੜਾ ਮਾੜੀ ਨਾਰਾਜ਼ਗੀ ਸੀ ਉਹ ਬਾਹਰ ਆ ਕੇ ਇਹਨਾਂ ਨੂੰ ਫੈਲ ਦਿੱਤਾ ਗਿਆ। ਮਗਾ ਕਿ ਬਾਜੂ ਦੋ ਬੰਦਿਆਂ ਨੂੰ ਆਪਾਂ ਜੇਲ੍ਹ ਛੱਡ ਕੇ ਆਏ ਬਾਕੀ ਤਿੰਨਾਂ ਨੂੰ ਰਿਮਾਂਡ 'ਤੇ ਲਾਂਗਾ ਅਤੇ ਆਪਾਂ ਜਿਹੜਾ ਰਹਿ ਗਈ ਚੀਜ਼ ਵੈਪਨ ਦੀ ਗੱਡੀ ਰਿਕਵਰ ਕਰਾਂਗੇ। ਨਹੀਂ ਕੋਈ ਨਾ ਸਰ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਪਰਚਾ ਨਹੀਂ ਦੱਸ।